ਇਹ ਖੇਤ ਕਰ ਰਹੇ ਜੀ ਕੰਮ ਕਰ ਰਹੀ ਉੱਥੇ ਕਰੰਟ ਲੱਗ ਗਿਆ ਜੀ ਉਹਦੇ ਨਾਲ ਖੰਭੇ 'ਚ ਕਰੰਟ ਸੀ ਕਦੋਂ ਪਤਾ ਲੱਗਿਆ ਤੋਂ ਵਾਪਸ ਨਹੀਂ ਆਇਆ ਫਿਰ ਪਤਾ ਦੇਖਣਗੇ ਉੱਥੇ ਉੱਥੇ ਮਤਲਬ ਇਹਦੇ ਲਈ ਮੌਤ ਹੋਈ ਪਈ ਸੀ ਸਕੇ ਭਰਾ ਸੀ ਦੋਨੇ ਜੀ ਹਾਂ ਦੋਨੇ ਸਕੇ ਭਰਾ ਸੀ ਨਾਮ ਤੁਹਾਡਾ ਜੀ ਛੱਡੂ ਕੀ ਨਾਮ ਤੁਹਾਡਾ ਜੀ ਮਾਨ ਲਾਲ ਜੀ ਕੀ ਲੱਗਦੇ ਸੀ ਇਹ ਤੁਹਾਡੀ ਬੀਜੇ ਨੇ ਸਾਡੇ ਮਤਲਬ ਕਿਵੇਂ ਹੋਈ ਡੈਥ ਜੀ ਇਹ ਖੇਤ ਕਰ ਰਹੇ ਜੀ ਕੰਮ ਕਰ ਰਹੀ ਉੱਥੇ ਕਰੰਟ ਲੱਗ ਗਿਆ ਜੀ ਉਹਦੇ ਨਾਲ ਖੰਭੇ 'ਚ ਕਰੰਟ ਕਦੋਂ ਪਤਾ ਲੱਗਿਆ ਤੁਹਾਨੂੰ ਰਾਤ ਨੂੰ ਗਏ ਸੀਗੇ ਜੀ ਉਹ ਰਾਤ ਨੂੰ ਫਿਰ ਵਾਪਸ ਨਹੀਂ ਆਏ ਫਿਰ ਪਤਾ ਦੇਖਣਗੇ ਉੱਥੇ ਉੱਥੇ ਮਤਲਬ ਇਹਦੇ ਜਿਹੜੀ ਮੌਤ ਹੋਈ ਪਈ ਸੀਗੀ ਜੀ ਡੈਥ ਹੋਈ ਪਈ ਸੀ ਸਕੇ ਭਰਾ ਸੀ ਦੋਨੇ ਜੀ ਹਾਂ ਦੋਨੇ ਸਕੇ ਭਰਾ ਸੀ ਕਿਵੇਂ ਖੇਤੀ ਠੇਕੇ ਤੇ ਲੈ ਕੇ ਕਰਦੇ ਸੀ ਠੇਕੇ ਤੇ ਲੈ ਕੇ ਕਰਦੇ ਸੀ ਘਰ 'ਚ ਗਰੀਬੀ ਆਪਣੀ ਵਾਲੀ ਤਾਂ ਹੈ ਨਹੀਂ ਜ਼ਮੀਨ ਆਪਣੀ ਹੈ ਨਹੀਂ ਅਤੇ ਕੀ ਮੰਗ ਕਰਦੇ ਸਰਕਾਰ ਬਸ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਦੀ ਮਾਤਾ ਵੀ ਸਿੱਧੇ ਸਾਧੇ ਨੇ ਵਿਚਾਰੇ ਅਤੇ ਭਰਾ ਵਿਚਾਰਾ ਬਿਲਕੁਲ ਹੀ ਉਹ ਹੈ ਕਮਜ਼ੋਰ ਹੀ ਹੈਗਾ ਇਹੀ ਮੰਗ ਕਰਦੇ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਜੀ ਕੀ ਨਾਮ ਤੁਹਾਡਾ ਜੀ ਛੱਡ ਦਿਓ ਮੇਰਾ ਨਾਮ ਛੱਤਰ ਸਿੰਘ ਹੈ ਜੀ ਕਿੱਦਾਂ ਡੈਥ ਹੋਈ ਜਿਹੜੇ ਦੋ ਭਰਾ ਸੀ ਇਹਨਾਂ ਦੀ ਡੈਥ ਜੀ ਖੰਭੇ 'ਚ ਕਰੰਟ ਆਇਆ ਹੋਇਆ ਸੀ ਖੇਤ ਗਏ ਸੀਗੇ ਉੱਥੇ ਖੰਭੇ ਤਾਰ ਤੂਰ ਨਾਲ ਲੱਗ ਗਏ ਕਦੋਂ ਰਾਤ ਨੂੰ ਗਏ ਸੀ ਰਾਤ ਨੂੰ 10-11 ਵਜੇ ਲਾਈਟ ਆਈ ਹੋਈ ਸੀ ਜੀ ਲਾਈਟਾਂ ਦੀਆਂ ਵਾਰੀਆਂ ਨੇ ਵਾਰੀ ਚੱਲ ਰਹੀ ਸੀ ਖੇਤੀ ਠੇਕੇ 'ਤੇ ਲੈ ਕੇ ਕਰਦੇ ਨੇ ਪਤਾ ਕਦੋਂ ਲੱਗੇ ਵੀ ਇੱਦਾਂ ਪਤਾ ਇਹ ਛੋਟਾ ਮੁੰਡਾ ਜਦੋਂ ਦਿੱਖ ਕੇ ਵੀ ਉਹ ਟਾਈਮ ਸਿਰ ਨਾ ਆਏ ਤਾਂ ਮਗਰ ਚਾਹ ਲੈ ਕੇ ਗਿਆ ਜਾਂ ਪਤਾ ਲੈਣ ਗਿਆ ਮਤਲਬ ਇਹਨੂੰ ਪਤਾ ਲੱਗਿਆ ਮੁੰਡੇ ਨੂੰ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਜੀ ਪਰਿਵਾਰ ਦੇ ਵਿੱਚ ਇਹਦੀ ਮਾਤਾ ਜੀ ਮੁੰਡੇ ਦੀ ਇਹ ਰਹਿ ਗਿਆ ਚੌਦ ਦੀ ਡੈਥ ਹੋਈ ਹੋਈ ਹੈ ਜੀ ਵਿਆਹਿਆ ਸੀ ਨਾ ਚੁੱਕੀ ਜੀ ਹਾਂ ਵੱਡਾ ਮੁੰਡਾ ਵਿਆਹਿਆ ਹੋਇਆ ਸੀ ਜੀ 4 ਸਾਲ ਹੋ ਗਏ ਵਿਆਹੇ ਨੂੰ ਬੱਚਾ ਕੋਈ ਹੈ ਨਹੀਂ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਤਾਂ ਇਹੀ ਮੰਗ ਕਰਦੇ ਹਾਂ ਵੀ ਆਰਥਿਕ ਸਹਾਇਤਾ ਕੋਈ ਨਾ ਕੋਈ ਦਿੱਤੀ ਜਾਵੇ ਬੱਚੇ ਉੱਧਰ ਪਿੰਡ ਪਾਲ ਲੈਣਗੇ ਗੁਜ਼ਾਰਾ ਕਰ ਲੈਣ ਨਾਮ ਤੁਹਾਡਾ ਗੁਰਤੇਜ ਸਿੰਘ ਕਿਹੜਾ ਪਿੰਡ ਹੈ ਜੀ ਪਿੰਡ ਫਰੇੜਾ ਜੀ ਵੀ ਜੀ ਜਿਹੜੇ ਨੌਜਵਾਨਾਂ ਦੀ ਜਿਹੜੀ ਡੈਥ ਹੋਈ ਹੈ ਦੋਨਾਂ ਦੀ ਕੀ ਕਾਰਨ ਬਣਿਆ ਜੀ ਇਹ ਆਪਣਾ ਖੇਤੀ ਦੇ ਮਤਲਬ ਠੇਕੇ 'ਤੇ ਲੈ ਕੇ ਪੈਲੀ ਕਰਦੇ ਨੇ ਜੀ ਆਪਦਾ ਤਾਂ ਮਤਲਬ ਇਹਨਾਂ ਦਾ ਵੀ ਵਾਹਣ ਨਹੀਂ ਵਿਚਾਰੇ ਗਰੀਬ ਨੇ ਘਰੋਂ ਜੀ ਬਹੁਤ ਜ਼ਿਆਦਾ ਅਤੇ 3 ਭਰਾ ਨੇ ਸਰ ਇਹ ਅਤੇ 1 ਛੋਟਾ ਜੀ 2 ਵੱਡੇ ਸੀਗੇ ਜੀ ਖੇਤ ਗਏ ਸੀਗੇ ਜੀ ਮਤਲਬ ਖੰਭੇ 'ਚ ਕਰੰਟ ਆਉਣ ਕਾਰਨ ਜੀ ਇਹਨਾਂ ਦੀ ਮਤਲਬ ਉੱਥੇ ਡੈਥ ਹੋ ਗਈ ਜੀ ਦੋਨਾਂ ਦੀ ਪਤਾ ਕਿਵੇਂ ਲੱਗੇ ਵੀ ਇਹਨਾਂ ਦਾ ਕਰੰਟ ਉਹ ਛੋਟਾ ਮੁੰਡਾ ਜੀ ਜਦੋਂ ਮਤਲਬ ਗਿਆ ਜੀ ਉੱਥੇ ਮਤਲਬ ਜਦੋਂ ਆਏ ਨਹੀਂ ਹੈਗੇ ਮਤਲਬ ਵੇਟ ਕਰੀ ਗਏ ਜੀ ਗਿਆ ਉਹ ਜਾ ਕੇ ਦੇਖਿਆ ਜੀ ਉਹਨਾਂ ਨੇ ਉਦੋਂ ਮਤਲਬ ਪੂਰੇ ਹੋ ਗਏ ਸੀ ਜੀ ਪਰਿਵਾਰ 'ਚ ਪਿੱਛੇ ਕੌਣ ਕੌਣ ਨੇ ਪਰਿਵਾਰ 'ਚ ਇਹਨਾਂ ਦੀ ਮਾਤਾ ਜੀ ਇਹਨਾਂ ਦੀ ਡੈਡੀ ਦੀ ਪਹਿਲਾਂ ਡੈਥ ਹੋ ਗਈ ਸੀ ਜੀ ਪਿੱਛੇ 1 ਸਾਲ ਹੋ ਗਿਆ ਜੀ ਅਤੇ ਬੱਚਾ ਇਹ ਹੈਗਾ ਜੀ ਮਤਲਬ ਇੱਕ ਮੁੰਡਾ ਵਿਆਹਿਆ ਸੀਗਾ ਜੀ 3-4 ਸਾਲ ਹੋ ਗਏ ਉਹਦੇ ਵੀ ਬੱਚਾ ਨਹੀਂ ਹੈਗਾ ਜੀ ਕੋਈ ਹਜੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਵੀ ਇਹਨਾਂ ਨੂੰ ਕੋਈ ਸਹਾਇਤਾ ਦਿੱਤੀ ਜਾਵੇ ਜੀ ਬਹੁਤ ਜ਼ਿਆਦਾ ਗਰੀਬ ਹੈ ਜੀ ਪਰਿਵਾਰ ਸਾਰੇ ਮਤਲਬ ਇਹੀ ਮੰਗ ਕਰਦੇ ਹਾਂ ਜੀ ਸਾਰੇ ਪਿੰਡ ਵੀ ਆਇਆ ਹੋਇਆ ਜੀ ਇੱਥੇ ਮਤਲਬ ਮੌਜੂਦ ਆ ਸਾਰੇ ਸਰਪੰਚ ਹੈ ਜੀ ਹੋਰ ਅਤੇ ਇਹੀ ਮੰਗ ਹੈ ਜੀ ਇਹ ਪਿੰਡ ਫਲੇੜਾ ਤੋਂ ਇਤਲਾਹ ਮਿਲੀ ਸੀ ਕਿ ਸੁਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੋ ਸਕੇ ਭਰਾਵਾਂ ਨੇ ਜ਼ਮੀਨ ਠੇਕੇ 'ਤੇ ਲਈ ਹੋਈ ਸੀ ਉਹ ਰਾਤ ਨੂੰ ਖੇਤ ਪਾਣੀ ਲਾਉਣ ਗਏ ਸੀ ਜਿੱਥੇ ਉਹਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਉਹਦੇ ਭਰਾ ਛੋਟੇ ਭਰਾ ਸਤਵੀਰ ਸਿੰਘ ਦਾ ਬਿਆਨ ਲਿਖ ਕੇ 174 ਦੀ ਅਮਲ ਵਿੱਚ ਲਿਆ ਕੇ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਮੂਨਕ ਤੋਂ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਕਬੀਰ ਜੀ 9872842491 ਗੈਟ ਐਕਸ ਲਵ ਬੈਕ ਇਨ ਯੋਰ ਲਾਈਫ ਮੋਹਣੀ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਚਾਹ ਤੁੜਵਾਉਣਾ ਪਤੀ ਪਤਨੀ ਚ ਅਣਬਣ ਔਲਾਦ ਸੁਖ ਵਿਦੇਸ਼ ਯਾਤਰਾ ਪੀਆਰ ਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਕਰਜ਼ਾ ਮੁਕਤੀ ਪ੍ਰੇਮ ਵਿਆਹ ਚ ਦੇਰੀ ਤਲਾਕ ਕੇਸ ਜਾਂ ਜ਼ਮੀਨੀ ਝਗੜਾ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ